ਉਸਨੂੰ ਕਿਉਂ ਭੁੱਲਿਆ ਇਨਸਾਨਾ ਦਿੱਤਾ ਜਿਸ ਇਨਸਾਨੀ ਜਾਮਾ ਬਾਣੀ ਸੱਚ ਸੁਣਾਉਂਦੀ ਹੈ ਉਸਨੂੰ ਕਿਉਂ ਭੁੱਲਿਆ ਇਨਸਾਨਾ ਦਿੱਤਾ ਜਿਸ ਇਨਸਾਨੀ ਜਾਮਾ ਬਾਣੀ ਸੱਚ ਸੁਣਾਉਂਦੀ ਹੈ ਬੰਦਿਆਂ ਨਾ ਕਰ ਮੇਰੀ ਮੇਰੀ ਹੋਣਾ ਅੰਤ ਖਾਕ ਦੀ ਢੇਰੀ ਬੰਦਿਆਂ ਨਾ ਕਰ ਮੇਰੀ ਮੇਰੀ ਹੋਣਾ ਅੰਤ ਖਾਕ ਦੀ ਢੇਰੀ ਛੱਡ ਦੇ ਕਰਨੀ ਹੇਰਾ ਫੇਰੀ ਜਿਹੜੀ ਨਰਕ ਪਹੁੰਚਾਉਂਦੀ ਹੈ ਪਾਣੀ ਸੱਚ ਸੁਣਾਉਂਦੀ ਹੈ ਭੁੱਲਿਆ ਇਨਸਾਨਾ ਦਿੱਤਾ ਜਿਸ ਇਨਸਾਨੀ ਜਾਮਾ ਬਾਣੀ ਸੱਚ ਸੁਣਾਉਂਦੀ ਹੈ ਬਣ ਕੇ ਰਹਿਣਾ ਪਰ ਉਪਕਾਰੀ ਜ਼ਿੰਦਗੀ ਜਾਣੀ ਫੇਰ ਸੁਧਾਰੀ ਬਣ ਕੇ ਰਹਿਣਾ ਪਰ ਉਪਕਾਰੀ ਜ਼ਿੰਦਗੀ ਜਾਣੀ ਫੇਰ ਸੁਧਾਰੀ ਚਿੰਤਾ ਮਾਰ ਮਨੋ ਹਤਿਆਰੀ ਤੇਰੀ ਉਮਰ ਘਟਾਉਂਦੀ ਹੈ ਬਾਣੀ ਸੱਚ ਸੁਣਾਉਂਦੀ ਹੈ ਮਾੜਾ ਨਹੀਂ ਕਿਸੇ ਨੂੰ ਕਹਿਣਾ ਜੇ ਤੂੰ ਸਦਾ ਲਈ ਸੁਖ ਲੈਣਾ ਜੇ ਤੂੰ ਸਦਾ
ਕਿਸੇ ਨੂੰ ਕਹਿਣਾ ਜੇ ਤੂੰ ਸਦਾ ਲਈ ਸੁਖ ਲੈਣਾ ਬਣ ਕੇ ਦਾਸ ਗੁਰੂ ਦਾ ਰਹਿਣਾ ਸੇਵਾ ਮਨ ਨੂੰ ਪਾਉਂਦੀ ਏ ਬਾਣੀ ਸੱਚ ਸੁਣਾਉਂਦੀ ਏ ਭੁੱਲਿਆ ਇਨਸਾਨਾ ਦਿੱਤਾ ਜਿਸ ਇਨਸਾਨੀ ਜਾਮਾ ਬਾਣੀ ਸੱਚ ਸੁਣਾਉਂਦੀ ਹੈ ਬੰਦਿਆਂ ਨਾ ਕਰ ਮੇਰੀ ਮੇਰੀ ਹੋਣਾ ਅੰਤ ਖਾਕ ਦੀ ਢੇਰੀ ਬੰਦਿਆਂ ਨਾ ਕਰ ਮੇਰੀ ਮੇਰੀ ਹੋਣਾ ਅੰਤ ਖਾਕ ਦੀ ਢੇਰੀ ਛੱਡ ਦੇ ਕਰਨੀ ਹੇਰਾ ਫੇਰੀ ਜਿਹੜੀ ਨਰਕ ਪਹੁੰਚਾਉਂਦੀ ਹੈ ਬਾਣੀ ਸੱਚ ਸੁਣਾਉਂਦੀ ਹੈ ਸਤਿਗੁਰੂ ਪਾਤਸ਼ਾਹ ਉਹਨਾਂ ਨੇ ਹਰ ਇੱਕ ਗੁਰਸਿੱਖ ਨੂੰ ਗੁਰਬਾਣੀ ਦੇ ਰਾਹੀਂ ਉਪਦੇਸ਼ ਦਿੱਤਾ। ਪਾਤਸ਼ਾਹ ਨੇ ਆਖਿਆ ਕਿ ਗੁਰਸਿੱਖਾ ਹੇ ਪ੍ਰਾਣੀ, ਜਿਸ ਅਕਾਲ ਪੁਰਖ ਨੇ ਤੈਨੂੰ ਸੰਸਾਰ 'ਤੇ ਭੇਜਿਆ, ਇਹ ਇਨਸਾਨੀ ਜਾਮਾ ਦਿੱਤਾ ਅਤੇ ਸੰਸਾਰ 'ਤੇ ਆ ਕੇ ਤੂੰ ਉਹਨੂੰ ਭੁੱਲ ਗਿਆ। ਵੇਦਾਂ ਸ਼ਾਸਤਰਾਂ ਨੇ ਵੀ ਲਿਖਿਆ ਕਿ ਇਹ ਪ੍ਰਾਣੀ, ਜੇ ਤੂੰ ਉਸ ਪਰਮਾਤਮਾ ਦੀ ਬੰਦਗੀ ਨਾ ਕੀਤੀ ਤਾਂ ਉੱਥੇ ਕੋਈ ਬਹਾਨਾ ਨਹੀਂ ਚੱਲਣਾ। ਉਹਨਾਂ ਨੇ ਆਖਿਆ ਕਿ ਜੇ ਆਪਣਾ ਆਇਆ ਹੋਇਆ ਸੰਸਾਰ 'ਤੇ ਸਫਲ ਕਰਨਾ ਹੈ ਤਾਂ ਭਲਿਆ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਿਆ ਕਰ। ਸਾਧ ਸੰਗਤ, ਇੱਕ ਐਸੀ ਵਾਰਤਾ ਆਉਂਦੀ ਹੈ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਬਾ ਆਦਮ ਜੀ ਨੂੰ ਵਰ ਦਿੱਤਾ ਸੀ ਨਾ ਪੁੱਤਰ ਦਾ, ਤੇ ਪੁੱਤਰ ਪੈਦਾ ਹੋਇਆ ਸੀ ਭਾਈ ਭਗਤੂ, ਤੇ ਭਾਈ ਭਗਤੂ ਜੀ ਤੋਂ ਬਾਅਦ ਭਾਈ ਭਗਤੂ ਦੇ ਪੁੱਤਰਾਂ ਦੇ ਪਾਸ ਇੱਕ ਗੋਦੜੀਆ ਸਿੱਖ ਛੋਟੀ ਉਮਰ ਤੋਂ ਹੀ ਰਹਿ ਰਿਹਾ ਸੀ।
ਤੇ ਸਾਧ ਸੰਗਤ ਉਹ ਭਾਈ ਗੋਦੜੀਆ ਸਿੱਖ ਉਹਨੇ ਕੀ ਕਰਨਾ ਕਿ ਹਰ ਸਮੇਂ ਜਪਜੀ ਸਾਹਿਬ ਦਾ ਪਾਠ ਕਰਦੇ ਰਹਿਣਾ, ਬੰਦਗੀ ਕਰਦੇ ਰਹਿਣਾ, ਕੰਮ ਕਾਰ ਲੱਗੇ ਹੋਏ ਵੀ ਬਾਣੀ ਪੜ੍ਹਦੇ ਰਹਿਣਾ, ਬੰਦਗੀ ਕਰਦੇ ਰਹਿਣਾ ਤੇ ਹਰ ਕੋਈ ਉਹਨੂੰ ਧੱਕੇ ਨਾਲ ਕੰਮ ਤੇ ਲਾ ਲੈਂਦਾ ਸੀ। ਤੇ ਭਾਈ ਭਗਤੂ ਦੇ ਪੁੱਤਰ ਭਾਈ ਗੋਰੇ ਨੇ ਸਾਧ ਸੰਗਤ ਭਾਈ ਗੋਦੜੀਏ ਨੂੰ ਖੂਹ ਵਿੱਚੋਂ ਪਾਣੀ ਦਾ ਰੱਸਾ ਖਿੱਚਣ ਦੇ ਕੰਮ ਤੇ ਲਾਇਆ ਹੋਇਆ ਸੀ ਤੇ ਇਸ ਤੋਂ ਬਿਨਾਂ ਹੋਰ ਜੋ ਵੀ ਕੰਮ ਆਖਦੇ ਸਵੇਰ ਤੋਂ ਸ਼ਾਮ ਤੱਕ ਭਾਈ ਗੋਦੜੀਆ ਬੜੇ ਪ੍ਰੇਮ ਤੇ ਚਾਅ ਨਾਲ ਕਰਦਾ। ਤੇ ਇੱਕ ਦਿਨ ਐਸਾ ਹੋਇਆ ਕਿ ਭਾਈ ਗੋਰੇ ਨੇ ਭਾਈ ਭਗਤੂ ਦੇ ਪੁੱਤਰ ਗੋਰੇ ਨੇ ਗੋਦੜੀਏ ਨੂੰ ਘਾਹ ਵੱਢਣ ਉੱਤੇ ਲਾ ਦਿੱਤਾ ਤੇ ਸਾਧ ਸੰਗਤ ਗੋਦੜੀਆ ਘਰ ਤੋਂ 10 ਸ਼ੇਰ ਬਾਜਰਾ ਤੋਲ ਕੇ ਨਾਲ ਲੈ ਗਿਆ ਤੇ ਘਾਹ ਵਾਲੇ ਖੇਤ ਦੇ ਪਾਸ ਹੀ ਪਾਣੀ ਦਾ ਇੱਕ ਤਾਲ ਸੀ, ਤਲਾਬ ਸੀ, ਉੱਥੇ ਪਾਣੀ ਪੀ ਕੇ ਇੱਕ ਸਿਰ ਬਾਜਰਾ ਹਰ ਰੋਜ਼ ਭਾਈ ਗੋਦੜੀਆ ਚੱਬ ਛੱਡਦਾ, ਖਾ ਜਾਂਦਾ, ਘਾਹ ਵੜਦਾ ਰਹਿੰਦਾ, ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ। ਬਿਨਾਂ ਬੁਲਾਏ ਤੋਂ ਕਿਸੇ ਨਾਲ ਗੱਲ ਨਹੀਂ ਸੀ ਕਰਦਾ ਤੇ 10 ਦਿਨਾਂ ਦੇ ਵਿੱਚ ਭਾਈ ਗੋਦੜੀਏ ਨੇ ਘਾਹ ਦੇ ਢੇਰ ਲਾ ਦਿੱਤੇ ਤੇ ਜਦੋਂ ਗੋਦੜੀਆ ਘਰ ਘਾਹ ਲੈ ਕੇ ਆਇਆ ਤੇ ਆਉਣ ਸਾਰ ਫੇਰ ਉਹਨੂੰ ਚੱਕੀ ਪੀਸਣ ਲਾ ਦਿੱਤਾ ਤੇ ਸਾਧ ਸੰਗਤ ਭਾਈ ਗੋਦੜੀਆ ਚੱਕੀ ਪੀਸ ਰਿਹਾ ਤੇ ਜਪਜੀ ਸਾਹਿਬ ਦਾ ਪਾਠ ਕਰ ਰਿਹਾ। ਫਿਰ ਕੀ ਹੋਇਆ, ਸਾਧ ਸੰਗਤ ਭਾਈ ਗੋਰੇ ਦੇ ਮਨ ਵਿੱਚ ਦਇਆ ਆਈ, ਉਹ ਕਹਿੰਦਾ ਕਿ ਗੋਦੜੀਆ ਥੱਕ ਗਿਆ ਹੋਣਾ, ਇੱਕ ਦਾਸੀ ਨੂੰ ਭੇਜਿਆ ਪਰ ਭਾਈ ਗੋਦੜੀਏ ਨੇ ਉਹਨੂੰ ਚੱਕੀ ਨਾ ਪੀਣ ਦਿੱਤੀ, ਆਪ ਇਕੱਲਾ ਚੱਕੀ ਪੀਂਦਾ ਰਿਹਾ। ਇੱਕ ਦਿਨ ਐਸਾ ਆਇਆ ਕਿ ਭਾਈ ਭਗਤੂ ਦਾ ਪੁੱਤਰ ਜੀਵਨ ਆਪਣੇ ਨੌਕਰ ਦੇ ਨਾਲ ਕਿਸੇ ਕੰਮ ਤੋਂ ਗੁੱਸੇ ਹੋ ਰਿਹਾ ਸੀ ਤੇ ਗੋਦੜੀਏ ਨੇ ਭਾਈ ਭਗਤੂ ਦੇ ਪੁੱਤਰ ਜੀਵਨ ਨੂੰ ਬੜੇ ਪ੍ਰੇਮ ਨਾਲ ਮਨਾ ਕੀਤਾ ਕਿ ਜੀਵਨ ਇਹਨੂੰ ਨੌਕਰ ਨੂੰ ਕਿਉਂ ਮਾਰਦੇ ਹੋ, ਕਿਉਂ ਝਿੜਕਦੇ ਹੋ। ਤਾਂ ਸਾਧ ਸੰਗਤ ਜੀਵਨ ਨੇ ਗੁੱਸੇ ਨਾਲ ਗੋਦੜੀਏ ਨੂੰ ਲੱਤ ਕੱਢ ਮਾਰੀ ਤੇ ਆਖਿਆ ਕਿ ਤੈਨੂੰ ਕੀ, ਇਹਨਾਂ ਕੰਮਾਂ ਦੀ ਖਬਰ, ਤੂੰ ਆਪਣਾ ਚੱਕੀ ਪੀਣ ਦਾ ਕੰਮ ਕਰ, ਐਵੇਂ ਵਾਧੂ ਕਿਉਂ ਬੋਲਦਾ। ਤਾਂ ਸਾਧ ਸੰਗਤ ਭਾਈ ਗੋਦੜੀਏ ਨੇ ਸੁਭਾਵਕ ਆਖ ਦਿੱਤਾ ਕਿ ਜੀਵਨ ਤੇਰੇ ਮਨ ਵਿੱਚ ਦਇਆ ਨਹੀਂ ਤੇ ਤੈਨੂੰ ਰਾਜ ਦੇ ਹੰਕਾਰ ਦਾ ਅਫਾਰਾ ਹੈ। ਤੇ ਸਾਧ ਸੰਗਤ ਗੁਰਬਾਣੀ ਵਿੱਚ ਆਉਂਦਾ ਕਿ ਸਾਧੂ ਬੋਲੇ ਸਹਿਜ ਸੁਭਾਏ,
ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਕਥਨ ਅਨੁਸਾਰ ਜਦੋਂ ਗੋਦੜੀਏ ਨੇ ਆਖਿਆ ਨਾ ਤੇ ਜੀਵਨ ਨੂੰ ਅਫਾਰਾ ਚੜ ਗਿਆ, ਬੜਾ ਦੁਖੀ ਹੋਇਆ। ਜਦੋਂ ਕੋਈ ਇਲਾਜ ਕਰਨ ਆਵੇ ਤੇ ਜੀਵਨ ਆਖ ਦੇਵੇ ਇਹ ਰੋਗ ਮੈਨੂੰ ਗੋਦੜੀਏ ਦੇ ਸਰਾਪ ਨਾਲ ਹੋਇਆ। ਸਾਰੇ ਭਾਈ ਭਗਤੂ ਦੇ ਪੁੱਤਰ ਹੈਰਾਨ ਨੇ, ਕਹਿੰਦੇ ਇੱਕ ਸਾਡਾ ਸੇਵਕ ਸਾਡੇ ਨਾਲੋਂ ਵੱਧ ਗਿਆ। ਕਿਸ ਨਾਲ ਵਧਿਆ ਸੀ ਸਾਧ ਸੰਗਤ, ਕਿਸ ਨਾਲ ਭਾਈ ਗੋਦੜੀਆ ਅੱਗੇ ਲੰਘਿਆ ਸੀ? ਬੰਦਗੀ ਨਾਲ। ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਨਾ, ਉਹ ਕਹਿੰਦਾ ਸਾਡਾ ਸੇਵਕ ਸਾਡੇ ਨਾਲੋਂ ਅੱਗੇ ਵੱਧ ਗਿਆ। ਤਾਂ ਸਾਧ ਸੰਗਤ ਭਾਈ ਗੋਰਾ ਬੇਨਤੀ ਕਰਕੇ ਗੋਦੜੀਏ ਨੂੰ ਲਿਆਇਆ ਤੇ ਜਦੋਂ ਭਾਈ ਗੋਦੜੀਏ ਨੇ ਸਤਨਾਮ ਸ਼੍ਰੀ ਵਾਹਿਗੁਰੂ ਆਖ ਕੇ ਜੀਵਨ ਦੇ ਪੇਟ ਤੇ ਹੱਥ ਫੇਰਿਆ ਉਹਦਾ ਅਫਾਰਾ ਉਤਰ ਗਿਆ, ਸੁਖੀ ਹੋ ਗਿਆ ਤੇ ਆਖਿਆ ਕਿ ਭਾਈ ਗੋਦੜੀਆ ਅਸੀਂ ਹੁਣ ਤੁਹਾਨੂੰ ਰੱਖ ਨਹੀਂ ਸਕਦੇ, ਤੁਸੀਂ ਸਰਾਪ ਦੇ ਦਿੰਦੇ ਹੋ, ਜਿੱਥੇ ਤੁਹਾਡੀ ਇੱਛਾ ਚਲੇ ਜਾਓ। ਤੇ ਸਾਧ ਸੰਗਤ ਭਾਈ ਗੋਦੜੀਆ ਚਲਿਆ ਗਿਆ। ਜਿੱਥੋਂ ਭੋਜਨ ਮਿਲਦਾ ਖਾ ਲੈਣਾ, ਜੇ ਕਿਸੇ ਨੇ ਕੰਮ ਆਖਿਆ ਤੇ ਕੰਮ ਕਰ ਦੇਣਾ ਉਹਦਾ, ਜਿਹੜਾ ਬਚਨ ਭਾਈ ਗੋਦੜੀਆ ਮੂੰਹ ਆਖਦਾ ਉਹ ਸੱਤ ਹੋ ਜਾਂਦਾ। ਸਾਧ ਸੰਗਤ ਭਾਈ ਗੋਦੜੀਏ ਦਾ ਵਿਆਹ ਤਾਂ ਪਹਿਲਾਂ ਹੀ ਹੋਇਆ ਹੋਇਆ ਸੀ, ਉਸ ਦੇ ਘਰ ਨਿਵਾਸ ਕਰਨ ਨਾਲ ਉਸ ਦੇ ਘਰ ਤਿੰਨ ਪੁੱਤਰ ਹੋਏ ਤੇ ਇੱਕ ਦਿਨ ਭਾਈ ਗੋਦੜੀਆ ਕਿਸੇ ਨੇੜੇ ਦੇ ਪਿੰਡ ਕੰਮ ਗਿਆ ਤੇ ਉੱਥੋਂ ਦੇ ਚੌਧਰੀ ਨੇ ਗੋਦੜੀਏ ਨੂੰ ਖੇਤੀ ਵੱਢਣ ਵਾਸਤੇ ਸਾਰਾ ਦਿਨ ਲਾ ਛੱਡਿਆ, ਨਾ ਕੁਝ ਖਾਣ ਪੀਣ ਵਾਸਤੇ ਪੁੱਛਿਆ ਤੇ ਜਦੋਂ ਸ਼ਾਮ ਹੋਈ ਤਾਂ ਉਹ ਚੌਧਰੀ ਜੱਟ ਨੇ ਆਖਿਆ ਕਿ ਚੱਲ ਘਰ ਚੱਲ ਕੇ ਤੈਨੂੰ ਖਿਚੜੀ ਖਵਾਉਣਾ। ਤੇ ਅੱਗੋਂ ਗੋਦੜੀਆ ਗੁੱਸੇ ਨਾਲ ਕਹਿੰਦਾ ਮੈਨੂੰ ਚੰਗੀ ਤਰ੍ਹਾਂ ਖੇਤੀ ਵੱਢ ਲੈਣ ਦਿਓ। ਤਾਂ ਸਾਧ ਸੰਗਤ ਜਦੋਂ ਭਾਈ ਗੋਦੜੀਏ ਨੇ ਇਹ ਗੱਲ ਆਖੀ ਤੇ ਉਹ ਚੌਧਰੀ ਪੇਟ ਵਿੱਚ ਦਰਦ ਨਾਲ ਹਾਏ ਹਾਏ ਕਰਨ ਲੱਗ ਪਿਆ। ਲੋਕਾਂ ਨੇ ਆਖਿਆ ਚੌਧਰੀ ਇਹ ਭਾਈ ਗੋਦੜੀਆ ਗੁਰੂ ਕਾ ਸਿੱਖ ਬੜਾ ਵੱਡਾ ਕਰਾਮਾਤੀ ਹੈ, ਤੂੰ ਇਸ ਤੋਂ ਸਖਤ ਕੰਮ ਕਰਵਾਇਆ, ਹੁਣ ਇਸ ਨੂੰ ਰੱਜ ਕੇ ਦਹੀਂ ਖਵਾਓ, ਹੱਥ ਜੋੜ ਕੇ ਮਾਫੀ ਮੰਗੋ। ਤਾਂ ਸਾਧ ਸੰਗਤ ਇਹ ਸੁਣ ਕੇ ਉਸ ਚੌਧਰੀ ਦੀ ਮਾਂ ਨੇ ਦਹੀਂ ਵਿੱਚ ਬਹੁਤ ਸਾਰੀਆਂ ਮਿਰਚਾਂ ਪਾ ਕੇ ਗੋਦੜੀਏ ਨੂੰ ਜਦੋਂ ਖਵਾਈਆਂ ਤੇ ਭਾਈ ਗੋਦੜੀਏ ਨੇ ਬਹੁਤ ਕਰਾਰੀਆਂ ਮਿਰਚਾਂ ਖਾਧੀਆਂ ਤੇ ਆਖਿਆ ਮਾਈ ਤੂੰ ਮੈਨੂੰ ਇੰਨੀਆਂ ਕੌੜੀਆਂ ਮਿਰਚਾਂ ਖਵਾਈਆਂ ਨੇ, ਜਾ ਜਿਵੇਂ ਤੂੰ ਮੈਨੂੰ ਕੌੜੀਆਂ ਮਿਰਚਾਂ ਖਵਾਈਆਂ ਨੇ ਨਾ ਜ਼ਹਿਰ ਵਾਂਗੂ, ਤੈਨੂੰ ਵੀ ਸੱਪ ਖਾ ਲਵੇ। ਤਾਂ ਸਾਧ ਸੰਗਤ ਐਸਾ ਹੋਇਆ ਕਿ ਜਦੋਂ ਉਹ ਚੌਧਰੀ ਦੀ ਮਾਂ ਰਾਤ ਨੂੰ ਸੁੱਤੀ ਤੇ ਸੱਪ ਲੜਿਆ ਤੇ ਮਰ ਗਈ ਤੇ ਭਾਈ ਗੋਦੜੀਆ ਆਪਣੀ ਇੱਛਾ ਅਨੁਸਾਰ ਉੱਥੋਂ ਚਲਿਆ ਗਿਆ, ਘਰ ਆ ਗਿਆ
ਵੇਖੋ ਇੱਕ ਦਿਨ ਉਹਦੇ ਪੁੱਤਰਾਂ ਨੇ ਉਹਨੂੰ ਖੇਤ ਵਿੱਚੋਂ ਸਰੋਂ ਪੁੱਟਣ ਵਾਸਤੇ ਲਾ ਦਿੱਤਾ ਤੇ ਇੱਕ ਤੁਰੇ ਜਾਂਦੇ ਮਹਾਤਮਾ ਨੇ ਪੁੱਛਿਆ ਕਿ ਗੋਦੜੀਆ ਇਹ ਕੀ ਕਰ ਰਹੇ, ਚਿੱਤ ਨੂੰ ਕਿਸ ਗੱਲ ਵਿੱਚ ਲਾਇਆ ਹੋਇਆ। ਗੋਦੜੀਆ ਬੋਲਿਆ, ਕਹਿੰਦਾ ਚੰਗੀ ਤਰ੍ਹਾਂ ਜੜ੍ਹਾਂ ਪੁੱਟ ਰਿਹਾ ਜੋ ਫੇਰ ਨਹੀਂ ਲੱਗਣਗੀਆਂ। ਤਾਂ ਸਾਧ ਸੰਗਤ ਕੁਝ ਹੀ ਦਿਨਾਂ 'ਚ ਭਾਈ ਗੋਦੜੀਏ ਦੇ ਤਿੰਨੇ ਪੁੱਤਰ ਮਰ ਗਏ ਤੇ ਭਾਈ ਗੋਦੜੀਏ ਦੇ ਮਨ ਵਿੱਚ ਕੋਈ ਵੀ ਲਈ ਸਮਾਤਰ ਖੇਦ ਨਾ ਹੋਇਆ, ਕਿਉਂਕਿ ਪਰਮਾਤਮਾ ਨਾਲ ਜੁੜਿਆ ਹੋਇਆ ਸੀ। ਉਸ ਵਾਸਤੇ ਮਿੱਟੀ ਅਤੇ ਸੋਨਾ, ਘਰ ਅਤੇ ਜੰਗਲ ਇੱਕ ਸਮਾਨ ਸਨ। ਤੇ ਸਾਧ ਸੰਗਤ ਜਦੋਂ ਭਾਈ ਗੋਦੜੀਏ ਨੇ ਕਲਗੀਧਰ ਦਸ਼ਮੇਸ਼ ਪਿਤਾ ਦਾ ਆਪਣੇ ਪਿੰਡ ਵਿੱਚ ਆਉਣਾ ਸੁਣਿਆ, ਦਰਸ਼ਨ ਕੀਤੇ, ਬਾਰੰਬਾਰ ਨਮਸਕਾਰ ਕੀਤੀ, ਆਨੰਦ ਨਾਲ ਬੈਠ ਗਏ ਤੇ ਪਾਤਸ਼ਾਹ ਨੇ ਪੁੱਛਿਆ ਕਿ ਇਹ ਕੌਣ ਹੈ ਤੇ ਲੋਕਾਂ ਨੇ ਦੱਸਿਆ ਕਿ ਸਤਿਗੁਰੂ ਇਹ ਬੜਾ ਸੰਤ ਮਹਾਤਮਾ ਹੈ। ਫਿਰ ਲੋਕਾਂ ਨੇ ਉਹਦੀ ਸਾਰੀ ਵਾਰਤਾ ਦੱਸੀ, ਜਿਸ ਨੂੰ ਸੁਣ ਕੇ ਸਤਿਗੁਰੂ ਬੜੇ ਪ੍ਰਸੰਨ ਹੋਏ ਤੇ ਸਾਧ ਸੰਗਤ ਪਾਤਸ਼ਾਹ ਜੀ ਦੀ ਪ੍ਰਸੰਨਤਾ ਜਦੋਂ ਭਾਈ ਗੋਦੜੀਏ ਨੇ ਵੇਖੀ ਤੇ ਉਸੇ ਦਿਨ ਤੋਂ ਹੀ ਸਤਿਗੁਰੂ ਜੀ ਦੇ ਪਾਸ ਸਿੰਘਾਂ ਦੇ ਦਲ ਦੇ ਨਾਲ ਰਲ ਗਿਆ, ਸੇਵਾ ਭਾਵ ਨਾਲ ਰਹਿਣ ਲੱਗੇ। ਪਾਤਸ਼ਾਹ ਬੜੇ ਪ੍ਰਸੰਨ ਹੋਏ। ਪਾਤਸ਼ਾਹ ਕਹਿੰਦੇ ਕਿ ਸਿੰਘੋ, ਅਸੀਂ ਗੋਦੜੀਏ ਵਰਗਾ ਹੋਰ ਕੋਈ ਤਿਆਗੀ ਨਹੀਂ ਵੇਖਿਆ। ਇਸ ਦੀ ਉਸ ਅਕਾਲ ਪੁਰਖ ਦੇ ਨਾਲ ਦ੍ਰਿੜ ਲਿਵ ਲੱਗੀ ਹੋਈ ਹੈ। ਇਹ ਭਾਈ ਗੋਦੜੀਆ ਸਾਰੇ ਦੇਸ਼ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ। ਇਹ ਜੋ ਵੀ ਚਾਹੇ ਕਰ ਸਕਦਾ ਹੈ। ਇਹ ਬਹੁਤ ਵੱਡਾ ਮਹਾਂਪੁਰਸ਼ ਪੂਰਨ ਸੰਤ ਹੈ, ਕਿਉਂਕਿ ਇਹ ਹਮੇਸ਼ਾ ਬੰਦਗੀ ਕਰਦਾ ਹੈ। ਉਹ ਬੰਦਗੀ ਜਿਸ ਦੇ ਸਹਾਰੇ, ਜਿਸ ਦੇ ਕਰਕੇ ਹਰ ਇੱਕ ਪ੍ਰਾਣੀ ਆਪਣਾ ਆਇਆ ਹੋਇਆ ਸਫਲ ਕਰ ਸਕਦਾ ਹੈ। ਅਤੇ ਸਾਧ ਸੰਗਤ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਗੁਰਸਿੱਖ ਨੂੰ ਉਪਦੇਸ਼ ਦਿੱਤਾ ਕਿ ਗੁਰਸਿੱਖਾ, ਕੋਈ ਐਸੇ ਬਹਾਨੇ ਨਾ ਬਣਾ ਕਿ ਆਖੇ ਕਿ ਮੇਰੇ ਪਾਸ ਨਾਮ ਜਪਣ ਵਾਸਤੇ ਸਮਾਂ ਨਹੀਂ। ਸਤਿਗੁਰੂ ਕਹਿੰਦੇ ਨੇ ਕਿ ਉਹ ਅਕਾਲੀ ਨਿਰੰਕਾਰੀ ਬਾਣੀ ਤੈਨੂੰ ਸੱਚ ਸੁਣਾਉਂਦੀ ਹੈ, ਤੂੰ ਉਸ ਪ੍ਰਭੂ ਦੇ ਨਾਮ ਨੂੰ ਜਪ ਕੇ ਵੇਖ ਲੈ ਤੇ ਤੇਰੇ ਸਾਰੇ ਕਾਰਜ ਕਿਸ ਤਰ੍ਹਾਂ ਸੌਰਦੇ ਨੇ, ਬੰਦਗੀ ਕਿਸ ਤਰ੍ਹਾਂ ਪਾਰ ਲੰਘਾਉਂਦੀ ਹੈ। ਉਸਨੂੰ ਕਿਉਂ ਭੁੱਲਿਆ ਇਨਸਾਨਾ, ਦਿੱਤਾ ਜਿਸ ਇਨਸਾਨੀ ਜਾਮਾ, ਬਾਣੀ ਸੱਚ ਸੁਣਾਉਂਦੀ ਹੈ। ਭੁੱਲਿਆ ਇਨਸਾਨਾ, ਦਿੱਤਾ ਜਿਸ ਇਨਸਾਨੀ ਜਾਮਾ, ਬਾਣੀ ਸੱਚ ਸੁਣਾਉਂਦੀ ਹੈ।
ਕਰ ਸੇਵਕ ਚੰਦਨ ਅਰਦਾਸਾਂ, ਪੂਰੀਆਂ ਹੋਵਣ ਮਨ ਦੀਆਂ ਆਸਾਂ। ਕਰ ਸੇਵਕ ਚੰਦਨ ਅਰਦਾਸਾਂ, ਪੂਰੀਆਂ ਹੋਵਣ ਮਨ ਦੀਆਂ ਆਸਾਂ। ਕਰ ਲੈ ਸਤਿਗੁਰ ਤੇ ਪਰਵਾਸਾ, ਬਾਣੀ ਜੋ ਫੁਰਮਾਉਂਦੀ ਹੈ, ਬਾਣੀ ਸੱਚ ਸੁਣਾਉਂਦੀ ਹੈ। ਭੁੱਲਿਆ ਇਨਸਾਨਾ, ਦਿੱਤਾ ਜਿਸ ਇਨਸਾਨੀ ਜਾਮਾ, ਬਾਣੀ ਸੱਚ ਸੁਣਾਉਂਦੀ ਹੈ। ਤੇ ਸਾਧ ਸੰਗਤ, ਸਤਿਗੁਰਾਂ ਨੇ ਬਾਣੀ ਦੇ ਰਾਹੀਂ ਗੁਰਸਿੱਖ ਨੂੰ ਬੰਦਗੀ ਕਰਨ ਦਾ ਉਪਦੇਸ਼ ਦਿੱਤਾ ਹੈ ਨਾ। ਤੇ ਵੇਖੋ, ਜੇ ਸਤਿਗੁਰਾਂ ਨੇ ਜਾਂ ਹੋਰ ਪੀਰਾਂ ਫਕੀਰਾਂ, ਉਸ ਅਕਾਲ ਪੁਰਖ ਦੇ ਸੱਚੇ ਸੇਵਕਾਂ ਨੇ, ਭਗਤਾਂ ਨੇ ਉਸ ਪ੍ਰਭੂ ਤੋਂ, ਅਕਾਲ ਪੁਰਖ ਤੋਂ ਮੰਗੀ ਸੀ ਨਾ ਕੋਈ ਚੀਜ਼, ਤਾਂ ਬੰਦਗੀ ਦੀ ਦਾਤ ਮੰਗੀ ਸੀ। ਬਾਬਾ ਫਰੀਦ ਜੀ ਨੇ ਵੀ ਉਸ ਪ੍ਰਭੂ ਦੇ ਪਾਸੋਂ ਇਹ ਬੰਦਗੀ ਦੀ ਖੈਰ ਮੰਗੀ ਸੀ। ਉਹਨਾਂ ਨੇ ਉਸ ਅੱਲਾ ਤਾਲਾ ਨੂੰ ਆਖਿਆ ਸੀ ਕਿ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਤੇ ਸਾਧ ਸੰਗਤ, ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਜੇ ਉਸ ਅਕਾਲ ਪੁਰਖ ਦੀ ਬੰਦਗੀ ਕਰਨ ਵਾਸਤੇ ਹਰ ਇੱਕ ਪ੍ਰਾਣੀ ਨੂੰ ਉਪਦੇਸ਼ ਦਿੱਤਾ ਹੈ ਨਾ, ਤਾਂ ਪਾਤਸ਼ਾਹ ਨੇ ਹਰ ਇੱਕ ਇਸਤਰੀ ਨੂੰ ਆਪਣੇ ਪਤੀ ਪਰਮੇਸ਼ਰ ਦੀ ਬੰਦਗੀ ਕਰਨ ਦਾ ਵੀ ਉਪਦੇਸ਼ ਦਿੱਤਾ ਹੈ। ਇੱਕ ਐਸੀ ਵਾਰਤਾ ਆਉਂਦੀ ਹੈ ਕਿ ਰਾਜਾ ਭੋਜ ਇੱਕ ਦਿਨ ਆਪਣੇ ਪਿੰਡ ਵਿੱਚ, ਆਪਣੇ ਇਲਾਕੇ ਦੇ ਪਿੰਡ ਵਿੱਚ ਘੁੰਮ ਰਿਹਾ ਸੀ। ਸ਼ਾਮ ਦਾ ਸਮਾਂ ਸੀ। ਉਹਨੇ ਵੇਖਿਆ ਕਿ ਇੱਕ ਔਰਤ ਆਪਣੇ ਮਕਾਨ ਦੇ ਅੰਦਰ ਬਾਹਰ ਕਈ ਵਾਰੀ ਆਈ ਤੇ ਕਈ ਵਾਰ ਗਈ। ਕਦੀ ਅੰਦਰ ਜਾ ਰਹੀ ਹੈ, ਕਦੇ ਬਾਹਰ ਆ ਰਹੀ ਹੈ। ਬੜੀ ਬੇਚੈਨ ਸੀ ਤੇ ਰਾਜੇ ਭੋਜ ਨੇ ਸਮਝਿਆ ਕਿ ਇਹ ਕੋਈ ਬਦਕਾਰ ਔਰਤ ਹੈ ਜੋ ਕਿਸੇ ਨੂੰ ਉਡੀਕ ਰਹੀ ਹੈ। ਤੇ ਰਾਜਾ ਭੋਜ ਆਪਣੇ ਮਨ ਵਿੱਚ ਕਹਿੰਦਾ ਕਿ ਇਹ ਬਦਕਾਰ ਔਰਤ ਮੇਰੇ ਰਾਜ ਨੂੰ
ਅੱਗ ਵਾਂਗੂ ਭਸਮ ਕਰ ਦੇਣਾ। ਇਹਨੇ ਤਾਂ ਸਾਧ ਸੰਗਤ ਰਾਜਾ ਭੋਜ ਸੋਚ ਰਿਹਾ ਸੀ ਕਿ ਇੰਨੇ ਚਿਰ ਨੂੰ ਉਸ ਔਰਤ ਦਾ ਪਤੀ ਆ ਗਿਆ ਤੇ ਰਾਜਾ ਭੋਜ ਵੇਖ ਰਿਹਾ ਉਸ ਔਰਤ ਨੇ ਜਿਹੜੀ ਆਪਣੇ ਪਤੀ ਦੀ ਉਡੀਕ ਵਿੱਚ ਕਦੀ ਅੰਦਰ ਕਦੀ ਬਾਹਰ ਆ ਜਾ ਰਹੀ ਸੀ। ਉਸ ਔਰਤ ਨੇ ਆਪਣੇ ਪਤੀ ਦੇ ਪੈਰਾਂ 'ਤੇ ਮੱਥਾ ਟੇਕਿਆ ਅਤੇ ਕਹਿੰਦੀ, ਸਵਾਮੀ ਮੈਂ ਤੁਹਾਡੀ ਉਡੀਕ ਵਿੱਚ ਬੜੀ ਵਿਆਕੁਲ ਹੋ ਰਹੀ ਸਾਂ। ਤਾਂ ਸਾਧ ਸੰਗਤ, ਘਰ ਖੁੱਲ੍ਹਾ ਸੀ, ਚਾਰ ਦੁਆਰੀ ਨਹੀਂ ਸੀ, ਗਰਮੀਆਂ ਦੇ ਦਿਨ ਸਨ। ਰਾਜਾ ਭੋਜ ਵੇਖ ਰਿਹਾ ਕਿ ਫਿਰ ਉਸ ਔਰਤ ਨੇ ਗਰਮ ਪਾਣੀ ਦੇ ਨਾਲ ਆਪਣੇ ਪਤੀ ਦੇ ਹੱਥ ਪੈਰ ਧੁਆਏ, ਭੋਜਨ ਛਕਾਇਆ ਅਤੇ ਕੱਪੜਾ ਵਿਛਾ ਦਿੱਤਾ ਅਤੇ ਉਹ ਉੱਥੇ ਸੌ ਗਏ। ਅਤੇ ਸਾਧ ਸੰਗਤ, ਉਹ ਔਰਤ ਆਪਣੇ ਪਤੀ ਨੂੰ ਪੱਖਾ ਚੱਲ ਰਹੀ ਹੈ। ਤਾਂ ਪਤੀ ਸੌ ਗਿਆ, ਔਰਤ ਆਪਣੇ ਪਤੀ ਨੂੰ ਪੱਖਾ ਚੱਲ ਰਹੀ ਹੈ। ਇਹਨੇ ਨੂੰ ਉਸ ਦਾ ਬੱਚਾ ਉੱਠ ਖਲੋਤਾ ਸੁੱਤਾ ਹੋਇਆ ਅਤੇ ਥੋੜ੍ਹਾ ਉਹ ਰਿੜ ਕੇ ਇੱਕ ਅੱਗ ਦਾ ਚੁੱਲ੍ਹਾ ਸੀ ਉਹਦੇ ਵਿੱਚ ਡਿੱਗ ਪਿਆ। ਤਾਂ ਉਹਨੇ ਔਰਤ ਨੇ ਵੇਖ ਲਿਆ ਪਰ ਉਹ ਉੱਠੀ ਨਹੀਂ। ਜਦੋਂ ਉਹਦਾ ਪਤੀ ਜਾਗਿਆ ਅਤੇ ਉਹ ਕਹਿੰਦਾ, ਭਾਗਵਾਨ ਨੇ ਬੱਚਾ ਕਿੱਥੇ ਹੈ? ਉਹ ਕਹਿੰਦੀ, ਉਹ ਤਾਂ ਰਾਤ ਚੁੱਲ੍ਹੇ ਵਿੱਚ ਤੰਦੂਰ ਵਿੱਚ ਡਿੱਗ ਪਿਆ। ਅਤੇ ਉਹ ਕਹਿੰਦਾ ਕਿ ਤੂੰ ਉਹਨੂੰ ਫੜਿਆ ਕਿਉਂ ਨਹੀਂ? ਉਹ ਤਾਂ ਮਰ ਗਿਆ ਹੋਣਾ, ਸੜ ਗਿਆ ਹੋਣਾ। ਉਹ ਕਹਿੰਦੀ ਕਿ ਸਵਾਮੀ, ਨਹੀਂ, ਮੇਰੇ ਧਰਮ ਨਾਲ, ਮੇਰੇ ਪਤੀ ਵਰਤਾ ਦੇ ਧਰਮ ਨਾਲ ਅੱਗ ਨੇ ਬੱਚੇ ਨੂੰ ਸਾੜਿਆ ਨਹੀਂ ਹੋਵੇਗਾ। ਤਾਂ ਸਾਧ ਸੰਗਤ, ਜਦੋਂ ਪਤੀ ਨੇ ਜਾ ਕੇ ਵੇਖਿਆ ਤਾਂ ਬੱਚਾ ਬਿਲਕੁਲ ਨੌ ਬਰ ਨੌ ਸੀ, ਉਹਨੂੰ ਰਤੀ ਵੀ ਸੇਕ ਨਹੀਂ ਲੱਗਿਆ, ਅੱਗ ਠੰਡੀ ਪਈ ਹੋਈ ਸੀ। ਅਤੇ ਜਦੋਂ ਰਾਜੇ ਭੋਜ ਨੇ ਇਹ ਕੌਤਕ ਵੇਖਿਆ ਤਾਂ ਸਾਧ ਸੰਗਤ ਇੰਨਾ ਹੈਰਾਨ ਹੋਇਆ, ਕਹਿੰਦਾ, ਮੇਰੇ ਰਾਜ ਵਿੱਚ ਐਸੀਆਂ ਪਤੀ ਵਰਤਾ ਨਾਰੀਆਂ ਨੇ ਜਿਨ੍ਹਾਂ ਦੇ ਸੱਤ ਨਾਲ ਅੱਗ ਠੰਡੀ ਹੋ ਜਾਂਦੀ ਹੈ, ਐਸੀ ਇਸਤਰੀ ਧੰਨ ਹੈ। ਅਤੇ ਰਾਜਾ ਉਸ ਇਸਤਰੀ ਦੇ ਪਾਸ ਗਿਆ, ਕਹਿੰਦਾ ਕਿ ਪੁੱਤਰ, ਤੂੰ ਧੰਨ ਹੈ, ਤੂੰ ਮੇਰੇ ਰਾਜ ਦਾ ਥੰਮ ਹੈ, ਕਿਉਂਕਿ ਤੇਰੇ ਸੱਤ ਧਰਮ ਦੇ ਆਸਰੇ ਮੇਰਾ ਰਾਜ ਕਾਇਮ ਹੈ। ਸਾਧ ਸੰਗਤ, ਰਾਜੇ ਨੇ ਧੰਨ ਦੇਣਾ ਚਾਹਿਆ ਪਰ ਉਹਨੇ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਕਹਿੰਦੀ, ਸੱਤ ਧਰਮ ਸਾਰੇ ਸੁੱਖਾਂ ਦੀ ਖਾਣ ਹੈ। ਬਾਦਸ਼ਾਹ ਕਹਿੰਦੇ ਨੇ ਕਿ ਜੇ ਉਹ ਬੰਦਗੀ ਬੰਦੇ ਦਾ ਪਾਰ ਉਤਾਰਾ ਕਰ ਦਿੰਦੀ ਹੈ ਨਾ, ਤਾਂ ਹਰ ਇੱਕ ਇਸਤਰੀ ਵਾਸਤੇ ਆਪਣੇ ਪਤੀ ਦੀ ਬੰਦਗੀ, ਆਪਣੇ ਪਤੀ ਪਰਮੇਸ਼ਰ ਦੀ ਆਗਿਆ ਵਿੱਚ ਰਹਿਣਾ ਹਰ ਇੱਕ ਔਰਤ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰਾ ਦਿੰਦੀ ਹੈ। ਪਾਤਸ਼ਾਹ ਨੇ ਆਖਿਆ, ਇਹ ਵੀ ਇੱਕ ਬੰਦਗੀ ਹੈ। ਅਤੇ ਸਤਿਗੁਰੂ
ਗੁਰਸਿੱਖ ਨੂੰ ਉਪਦੇਸ਼ ਕਰ ਰਹੇ ਨੇ ਕਿ ਗੁਰਸਿੱਖਾ ਹਰ ਇੱਕ ਪ੍ਰਾਣੀ ਨੂੰ ਉਪਦੇਸ਼ ਕਰ ਰਹੇ ਨੇ ਕਿ ਆਪਣਾ ਆਇਆ ਹੋਇਆ ਸਫਲ ਕਰ ਲਓ, ਬੰਦਗੀ ਕਰੋ, ਭਾਵੇਂ ਕਿਸੇ ਵੀ ਰੂਪ ਅੰਦਰ ਉਸ ਪਰਮਾਤਮਾ ਦੇ ਨਾਲ ਜੁੜ ਜਾਓ, ਕਿਸੇ ਵੀ ਢੰਗ ਨਾਲ ਜੁੜ ਜਾਓ, ਪਰ ਉਹਦੇ ਚਰਨਾਂ ਦੇ ਨਾਲ ਜੁੜ ਜਾਓ। ਉਸ ਨੂੰ ਕਿਉਂ ਭੁੱਲਿਆ ਇਨਸਾਨਾ, ਦਿੱਤਾ ਜਿਸ ਇਨਸਾਨੀ ਜਾਮਾ, ਬਾਣੀ ਸੱਚ ਸੁਣਾਉਂਦੀ ਐ। ਭੁੱਲਿਆ ਇਨਸਾਨਾ, ਦਿੱਤਾ ਜਿਸ ਇਨਸਾਨੀ ਜਾਮਾ, ਬਾਣੀ ਸੱਚ ਸੁਣਾਉਂਦੀ ਐ।